ਖੂਬਸੂਰਤੀ ਵਿਚਾਲੇ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ, ਜਿੱਥੇ ਪਹਾੜਾਂ ਤੋਂ ਜ਼ਮੀਨ ਖਿਸਕਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਰਕੇ ਪਹਾੜਾਂ ਤੋਂ ਇਹ ਪੱਥਰ ਰਿੜਦੇ ਹੋਏ ਨੀਚੇ ਨੈਸ਼ਨਲ ਹਾਈਵੇ ਤੇ ਆ ਕੇ ਡਿੱਗ ਰਹੇ ਨੇ, ਜਿਸ ਕਰਕੇ ਨੈਸ਼ਨਲ ਹਾਈਵੇ ਵੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਿਆ ਹੈ। ਤਸਵੀਰਾਂ ਦੇਖੋ ਕਿਵੇਂ ਪਹਾੜਾਂ ਤੋਂ ਇਹ ਵੱਡੇ ਵੱਡੇ ਪੱਥਰ ਜਿਹੜੇ ਨੇ ਟੁੱਟ ਕੇ ਹੇਠਾਂ ਨੈਸ਼ਨਲ ਹਾਈਵੇ ਤੇ ਡਿੱਗ ਰਹੇ ਨੇ। ਆਸ ਪਾਸ ਪੁਲਿਸ ਕਰਮੀ ਵੀ ਮੌਜੂਦ ਨੇ, ਦੋਵੇਂ ਪਾਸੇ ਦਾ ਟ੍ਰੈਫਿਕ ਰੋਕ ਦਿੱਤਾ ਗਿਆ ਹੈ। ਇਸ ਨੈਸ਼ਨਲ ਹਾਈਵੇ ਦੇ ਦੋਨੋਂ ਪਾਸੇ ਗੱਡੀਆਂ ਦਾ ਲੰਬਾ ਜਾਮ ਲੱਗ ਗਿਆ ਹੈ। ਤਸਵੀਰਾਂ ਕਿਨੌਰ ਦੀਆਂ ਨੇ, ਕਿਨੌਰ ਦੇ ਨਿਗਲਸਰੀ ਦੇ ਨਜ਼ਦੀਕ ਇਹ ਜ਼ਮੀਨ ਖਿਸਕਣ ਦੇ ਨਾਲ ਪਹਾੜਾਂ ਤੋਂ ਵੱਡੇ ਵੱਡੇ ਪੱਥਰ ਹੇਠਾਂ ਇੱਥੇ ਨੈਸ਼ਨਲ ਹਾਈਵੇ ਤੇ ਆ ਕੇ ਡਿੱਗ ਗਏ ਨੇ, ਜਿਸ ਕਰਕੇ ਨੈਸ਼ਨਲ ਹਾਈਵੇ 5 ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਿਆ ਹੈ। ਦੋਵੇਂ ਪਾਸੇ ਰਾਹਗੀਰ ਫਸ ਚੁੱਕੇ ਨੇ। ਗਨੀਮਤ ਹੈ ਕਿ ਜਦੋਂ ਇਹ ਪੱਥਰ ਡਿੱਗ ਰਹੇ ਸੀ ਤਾਂ ਕੋਈ ਰਾਹਗੀਰ ਜਾਂ ਕੋਈ ਗੱਡੀ ਹੇਠਾਂ ਮੌਜੂਦ ਨਹੀਂ ਸੀ, ਜਿਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਹ ਜ਼ਰੂਰ ਹੈ ਕਿ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਿਆ ਹੈ ਅਤੇ ਲੋਕ ਇੱਥੇ ਫਸ ਚੁੱਕੇ ਨੇ। ਜੋ ਆਵਾਜਾਈ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕੀ ਹੈ। ਇਹਨਾਂ ਪੱਥਰਾਂ ਨੂੰ ਹਟਾਇਆ ਜਾਏਗਾ ਅਤੇ ਫਿਰ ਆਵਾਜਾਈ ਬਹਾਲ ਹੋਏਗੀ। ਪਰ ਇਹ ਤਸਵੀਰਾਂ ਦੇਖੋ, ਜਿੱਥੇ ਪਹਾੜਾਂ ਦਾ ਸੁੰਦਰ ਨਜ਼ਾਰਾ ਹੈ ਤਾਂ ਇਸ ਵਿਚਾਲੇ ਪੱਥਰ ਜੋ ਡਿੱਗ ਰਹੇ ਨੇ ਨੀਰੀ ਤਬਾਹੀ ਹੈ, ਜਿਸ ਕਰਕੇ ਵੱਡਾ ਨੁਕਸਾਨ ਵੀ ਹੋ ਰਿਹਾ ਹੈ। ਬੇਸ਼ੱਕ ਇੱਥੇ ਰਾਹਗੀਰ ਫਸੇ ਹੋਏ ਨੇ, ਪਰ ਇੱਥੋਂ ਲੰਘਣ ਵਾਲੇ ਰਾਹਗੀਰਾਂ ਦੇ ਲਈ ਜਾਨ ਜੋਖਮ ਚ ਪਾਉਣ ਵਾਲੀ ਗੱਲ ਹੈ, ਕਿਉਂਕਿ ਇਹ ਪਹਾੜ ਲਗਾਤਾਰ ਇੱਥੇ ਜ਼ਮੀਨ ਖਿਸਕ ਰਹੀ ਹੈ, ਪਹਾੜ ਟੁੱਟ ਰਹੇ ਨੇ, ਪੱਥਰ ਹੇਠਾਂ ਸੜਕਾਂ ਤੇ ਆ ਕੇ ਡਿੱਗ ਰਹੇ ਨੇ, ਜਿਸ ਕਰਕੇ ਕਈ ਹਾਦਸੇ ਵੀ ਵਾਪਰ ਚੁੱਕੇ ਨੇ। ਪਰ ਇੱਥੇ ਗਨੀਮਤ ਇਹ ਰਹੀ ਹੈ ਕਿ ਜਦੋਂ ਇਹ ਪੱਥਰ ਪਹਾੜਾਂ ਤੋਂ ਰਿੜਦੇ ਹੇਠਾਂ ਆਏ ਨੈਸ਼ਨਲ ਹਾਈਵੇ ਤੇ ਡਿੱਗੇ ਤਾਂ ਕੋਈ ਰਾਹਗੀਰ ਇੱਥੇ ਮੌਜੂਦ ਨਹੀਂ ਸੀ। ਇੱਕ ਪੁਲਿਸ ਕਰਮੀ ਜ਼ਰੂਰ ਜੋ ਫੋਨ ਤੇ ਗੱਲ ਕਰ ਰਿਹਾ ਨਜ਼ਰ ਆਇਆ ਸੀ, ਉਸਦੇ ਵੱਲੋਂ ਟ੍ਰੈਫਿਕ ਨੂੰ ਪਹਿਲਾਂ ਪਿੱਛੇ ਹੀ ਰੋਕ ਦਿੱਤਾ ਗਿਆ ਸੀ, ਕਿਉਂਕਿ ਪਹਾੜ ਜਦੋਂ ਖਿਸਕ ਰਹੇ ਸੀ ਤਾਂ ਇੱਥੋਂ ਪਹਾੜ ਟੁੱਟ ਰਹੇ ਸੀ, ਆਵਾਜ਼ ਆਉਣੀ ਸ਼ੁਰੂ ਹੋ ਗਈ ਸੀ। ਆਵਾਜ਼ ਦੇ ਕਾਰਨ ਪਤਾ ਲੱਗਿਆ ਕਿ ਇਹ ਪਹਾੜ ਜਿਹੜਾ ਟੁੱਟ ਰਿਹਾ ਹੈ, ਪੱਥਰ ਵੱਡੇ ਵੱਡੇ ਨੈਸ਼ਨਲ ਹਾਈਵੇ ਤੇ ਆ ਕੇ ਡਿੱਗੇ ਨੇ, ਜਿਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ। ਪਰ ਇੱਥੇ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕੀ ਹੈ। ਹੁਣ ਇਹਨਾਂ ਪੱਥਰਾਂ ਨੂੰ ਹਟਾ ਕੇ ਫਿਰ ਆਵਾਜਾਈ ਬਹਾਲ ਹੋਏਗੀ। ਵੀਡੀਓ ਮੇਰੇ ਕੋਲ ਓ ਓ